हेलो दोस्तों, बहुत बहुत स्वागत है जी। थोड़ा थोड़े अपने चैनल स्कूजा ट्यूशन च। देखो, पंजाब कलर्क का जेड़ा अपना यूट्यूब ते है ना, एक बैच स्टार्ट होया होया जिंदे विच मैथ दी क्लास भी चलती है, रीजनिंग दी क्लास भी चलती है, डेली क्लासेस तुहाडियां होंदियां, और जीके दी क्लास भी जल्दी स्टार्ट होने वाली है। हुण अज जेड़ी अपनी मैथ दी क्लास है, वह है क्लास नंबर 2। डेली क्लास हुंदी है जी, जाके देख सकते हो, जिथे वीडियोज लिखिया हुंदा ना यूट्यूब दे उत्ते, वीडियोस ਉਹਦੇ ਵਿੱਚ ਸਾਰੀਆਂ ਵੀਡੀਓਜ਼ ਲਾਈਨ ਵਾਈਜ਼ ਪਈਆਂ, ਤੁਸੀਂ ਸਾਰੀਆਂ ਦੇਖ ਸਕਦੇ ਹੋ ਵੀਡੀਓਜ਼, ਔਰ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰ ਸਕਦੇ ਹੋ ਜੋ ਪੰਜਾਬ ਦੇ ਕਲਰਕ ਨੂੰ ਲੈ ਕੇ ਤਿਆਰੀ ਕਰਦੇ ਆ, ਭਾਵੇਂ PSPCL ਹੋਵੇ, PSSSB ਹੋਵੇ, ਜਿਹੜੇ ਮਰਜ਼ੀ ਕਲਰਕ ਦਾ ਪੇਪਰ ਹੋਵੇ, ਸਾਰੇ ਕਵਰ ਹੁੰਦੇ ਆ। ਹੁਣ ਕੱਲ ਆਪਾਂ ਸਟਾਰਟ ਕੀਤਾ ਸੀਗਾ ਰੇਸ਼ੋ, ਠੀਕ ਹੈ, ਰੇਸ਼ੋ ਦੇ ਕਨਸੈਪਟ ਕਰਾਏ ਸੀ, ਔਰ ਹੋਮਵਰਕ ਵਾਸਤੇ ਵੀ ਤੁਹਾਨੂੰ ਮੈਂ ਸਮ ਦਿੱਤੇ ਸੀ, ਠੀਕ ਹੈ ਜੀ। ਅੱਜ ਅੱਗੋਂ ਕਨਸੈਪਟ ਕਰਾਊਂਗਾ, ਦੇਖੋ ਪਹਿਲਾਂ ਸਾਰੇ ਕਨਸੈਪਟ ਆਪਾਂ ਕਵਰ ਕਰ ਲਈਏ, ਫਿਰ ਤੁਹਾਨੂੰ MCQ ਕਰਾਉਂਗਾ, ਹੋਰ MCQ ਕਰਵਾਉਂਗਾ, ਠੀਕ ਹੈ। ਦੇਖੋ, ਸਭ ਤੋਂ ਪਹਿਲਾਂ ਆਪਾਂ ਹੁਣ ਨੈਕਸਟ ਕਨਸੈਪਟ ਦੀ ਗੱਲ ਕਰਦੇ ਹਾਂ, ਠੀਕ ਹੈ, ਨੈਕਸਟ ਕਨਸੈਪਟ ਦੀ ਗੱਲ ਕਰਦੇ ਹਾਂ ਰੇਸ਼ੋ ਦੀ। ਦੇਖੋ, ਕੱਲ ਮੈਂ ਬਹੁਤ ਤੁਹਾਨੂੰ 2-3 ਕਨਸੈਪਟ ਬਹੁਤ ਵਧੀਆ ਕਰਵਾਏ ਆ, ਨਾਲ ਕੁਐਸਚਨ ਵੀ ਕਰਵਾਏ ਆ, ਕਲਾਸ ਨੂੰ ਮਿਸ ਨਾ ਕਰੋ, ਠੀਕ ਹੈ, ਬਿਲਕੁਲ ਵੀ। ਦੇਖੋ, ਨੈਕਸਟ ਕਨਸੈਪਟ ਦੇ ਵਿੱਚ ਆਪਾਂ ਕੀ ਪੜਾਂਗੇ, ਜਿਹੜੀ ਕੱਲ ਮੈਂ ਤੁਹਾਨੂੰ ਰੇਸ਼ੋ ਕਰਵਾਈ ਸੀ ਕਿ ਰੇਸ਼ੋ ਨੂੰ ਅਸੀਂ ਕਿਵੇਂ ਸ਼ੋਅ ਕਰਦੇ ਹਾਂ। ਰੇਸ਼ੋ ਨੂੰ ਅਸੀਂ ਜਿਵੇਂ A:B ਹੈ, ਇਹਨੂੰ ਮੈਂ ਕੀ ਲਿਖ ਸਕਦਾ, 2:3। ਲੇਕਿਨ ਜਦੋਂ ਸਟੇਟਮੈਂਟ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਹੈ, ਜਦੋਂ ਸਟੇਟਮੈਂਟ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਹੈ, ਉਦੋਂ ਇਹਨੂੰ ਕੀ ਲਿਖ ਦਿੰਦੇ ਹੈ, A:B ਨੂੰ ਕੀ ਲਿਖ ਦਿੰਦੇ ਹੈ, 2x 2x:3x, ਠੀਕ ਹੈ। ਤਾਂ ਰੇਸ਼ੋ ਨੂੰ ਕੀ ਕਰ ਦਿੰਦੇ ਆ ਜੀ, ਰੇਸ਼ੋ ਨੂੰ ਹਮੇਸ਼ਾ ਕੀ ਕਰ ਦਿੰਦੇ ਆ, ਉਹਦੇ ਨਾਲ ਐਕਸ ਜਾਂ ਵਾਈ ਜਾਂ ਜੈਡ, ਜੋ ਵੀ ਤੁਸੀਂ ਕੋਈ ਵੀ ਵੇਰੀਏਬਲ ਲਾਉਣਾ ਚਾਹੋ ਤੁਸੀਂ ਲਗਾ ਸਕਦੇ ਹੋ, ਠੀਕ ਹੈ। ਇਹ ਰੇਸ਼ੋ ਨੂੰ ਜੇ ਆਪਾਂ ਸਿੰਪਲ ਸੋਲਵ ਕਰੀਏ ਤਾਂ ਸਟੇਟਮੈਂਟ ਦੇ ਵਿੱਚ ਰੇਸ਼ੋ ਸਾਡੇ ਕੋਲ ਸੋਲਵ ਨਹੀਂ ਹੁੰਦੀ, ਇਸ ਕਰਕੇ ਨਾਲ ਕੁਛ ਨਾ ਕੁਛ ਇਹਦੇ ਨਾਲ ਵੇਰੀਏਬਲ ਨੂੰ ਅਟੈਚ ਕਰ ਦਿੰਦੇ ਆ, ਜਿੱਥੋਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਰੇਸ਼ੋ ਨੂੰ ਕਿੱਦਾਂ ਸੋਲਵ ਕਰਨਾ ਹੈ, ਠੀਕ ਹੈ। ਹੁਣ ਨੈਕਸਟ ਕਨਸੈਪਟ ਦੇ ਵਿੱਚ ਜਦੋਂ ਵੀ ਰੇਸ਼ੋ ਦੇ ਵਿੱਚ ਕੁਛ ਪਲੱਸ ਕੀਤਾ ਜਾਂਦਾ, ਯਾਦ ਰੱਖਿਓ ਮੇਰੀ ਗੱਲ, ਰੇਸ਼ੋ ਦੇ ਵਿੱਚ ਕੁਛ ਪਲੱਸ ਕੀਤਾ ਜਾਂਦਾ ਜਾਂ ਰੇਸ਼ੋ ਦੇ ਵਿੱਚ ਕੁਛ ਮਾਈਨਸ ਕੀਤਾ ਜਾਂਦਾ, ਤਾਂ ਪਹਿਲਾਂ ਉਹਦੇ ਨਾਲ ਕੀ ਕਰਦੇ ਆ, ਐਕਸ ਲਗਾਉਂਦੇ ਆ, ਫਿਰ ਉਹਦੇ ਵਿੱਚੋਂ ਪਲੱਸ ਜਾਂ ਮਾਈਨਸ ਕਰਦੇ ਆ। ਇਸ ਚੀਜ਼ ਨੂੰ ਤੁਸੀਂ ਥੋੜਾ ਜਿਹਾ ਯਾਦ ਰੱਖਿਓ। ਹੁਣ ਮੈਂ ਤੁਹਾਨੂੰ ਸਟੇਟਮੈਂਟ ਦੇ ਥਰੂ ਦੱਸਦਾ ਕਿ ਸਮ ਕਿਵੇਂ ਪਾਇਆ ਜਾਂਦਾ, ਠੀਕ ਹੈ, ਬੜੇ ਧਿਆਨ ਨਾਲ ਸਮਝਿਓ, ਬੜਾ ਈਜ਼ੀ ਹੈ, ਮੰਨ ਕੇ ਚੱਲੋ ਕੋਈ ਰਾਮ ਹੈ ਤੇ ਨਾਲ ਸਾਡੇ ਕੋਲੇ ਕੋਈ ਸੀਤਾ ਹੈ, ਠੀਕ ਹੈ। ਤਾਂ ਦੇਖੋ, ਰਾਮ ਦੀ ਜਿਹੜੀ ਏਜ ਹੈ ਉਹ ਮੇਰੇ ਕੋਲੇ ਇਹਨਾਂ ਨੇ ਦੱਸੀ ਹੈ ਰੇਸ਼ੋ ਦੇ ਵਿੱਚ। ਸਭ ਤੋਂ ਪਹਿਲਾਂ ਕੀ ਕਿਹਾ ਉਹਨੇ, 2x ਤੇ ਨਾਲ ਕਿਹਾ ਉਹਨੇ ਮੇਰੇ ਕੋਲੇ 5x, ਠੀਕ ਹੈ, ਕੋਈ ਰਾਮ ਹੈ ਇੱਕ ਪਰਸਨ ਔਰ ਇੱਕ ਪਰਸਨ ਕੋਈ ਸੀਤਾ ਹੈ, ਠੀਕ ਹੈ। 2x ਤੇ 5x ਜਿਹੜੀ ਇਹਨਾਂ ਦੀ ਏਜ ਦਿੱਤੀ ਗਈ ਹੈ, ਔਰ ਕੀ ਕਿਹਾ ਗਿਆ ਕਿ ਜੇ ਅਸੀਂ ਰਾਮ ਦੀ ਏਜ ਦੇ ਵਿੱਚ ਅਸੀਂ 5 ਸਾਲ ਐਡ ਕਰ ਦਈਏ ਤੇ ਸੀਤਾ ਦੀ ਏਜ ਦੇ ਵਿੱਚ ਅਸੀਂ 7 ਸਾਲ ਮਾਈਨਸ ਕਰ ਦਈਏ, ਤਾਂ ਹੁਣ ਅਸੀਂ ਐ ਨਹੀਂ ਕਰਾਂਗੇ, 2 ਦੇ ਵਿੱਚ 5 ਨੂੰ ਐਡ ਨਹੀਂ ਕਰ ਸਕਦੇ, ਠੀਕ ਹੈ, ਇਹ ਰੇਸ਼ੋ ਦਾ ਰੂਲ ਹੈ। ਤਾਂ 2x ਦੇ ਵਿੱਚ ਅਸੀਂ ਕੀ ਕਰਾਂਗੇ, 5 ਨੂੰ ਐਡ ਕਰ ਦਾਂਗੇ, ਤੇ ਨਾਲ ਅਸੀਂ 5x ਦੇ ਵਿੱਚ ਕੀ ਕਰਾਂਗੇ, 7 ਨੂੰ ਮਾਈਨਸ ਕਰ ਦਾਂਗੇ। ਇਹ ਜਿਹੜਾ ਰੂਲ ਹੈ ਇਹ ਤੁਸੀਂ ਯਾਦ ਰੱਖਣਾ, ਕਿਉਂਕਿ ਇਹ ਮੋਸਟ ਇੰਪੋਰਟੈਂਟ ਰੂਲ ਹੈ, ਔਰ ਇੱਥੇ ਬੱਚੇ ਬਹੁਤ ਉਲਝ ਜਾਂਦੇ ਆ, ਠੀਕ ਹੈ, ਕਿ ਰੇਸ਼ੋ ਦੇ ਨਾਲ ਜਦੋਂ ਐਕਸ ਲਗਾਇਆ ਜਾਂਦਾ ਹੈ, ਫਿਰ ਇਹਦੇ ਨਾਲ ਕਈ ਵਾਰੀ ਕੋਈ ਨੰਬਰ ਜਿਹੜਾ ਪਲੱਸ ਕੀਤਾ ਜਾਂਦਾ ਹੈ ਜਾਂ ਮਾਈਨਸ ਕੀਤਾ ਜਾਂਦਾ ਹੈ, ਫਿਰ ਕੀਤਾ ਜਾਂਦਾ। ਹੁਣ ਮੰਨ ਕੇ ਚੱਲੋ ਕਿ ਮੈਂ ਤੁਹਾਨੂੰ ਕਹਿਤਾ ਕਿ ਕੋਈ ਪਰਸਨ ਏ ਹੈ ਤੇ ਕੋਈ ਪਰਸਨ ਬੀ ਹੈ, ਜਿਨ੍ਹਾਂ ਦੇ ਸਾਡੀ ਏਜ ਦਿੱਤੀ ਗਈ ਹੈ, ਦੇਖੋ ਜਾਂ ਏਜ ਜਾਂ ਕੁਛ ਵੀ ਲੈ ਲਓ, ਕੀ ਦਿੱਤਾ ਗਿਆ ਸਾਡੇ ਕੋਲੇ, 3x, ਤੇ ਨਾਲ ਦਿੱਤਾ ਗਿਆ ਸਾਡੇ ਕੋਲੇ 5x, ਠੀਕ ਹੈ। ਹੁਣ ਮੈਂ ਇਹ ਕਹਿਤਾ ਕਿ ਏ ਅਤੇ ਬੀ ਦੇ ਵਿੱਚ, ਹੁਣ ਮੰਨ ਕੇ ਚੱਲੋ ਮੈਂ ਕੀ ਕਹਿਤਾ, ਏ ਅਤੇ ਬੀ ਵਿੱਚ
ਮੈਂ ਤਿੰਨ ਤਿੰਨ ਐਡ ਕਰ ਦਿੱਤਾ, ਦੋਵਾਂ ਦੇ ਵਿੱਚ ਤਿੰਨ ਐਡ ਕਰਤਾ ਤੇ ਰੇਸ਼ੋ ਮੇਰੇ ਕੋਲੇ ਇੱਕ ਬਰਾਬਰ ਇੱਕ ਹੋ ਗਈ। ਤਾਂ ਹੁਣ ਮੰਨ ਕੇ ਚੱਲੋ 3x ਦੇ ਵਿੱਚ ਵੀ 3 ਨੂੰ ਪਲੱਸ ਕਰਤਾ, 5x ਦੇ ਵਿੱਚ ਵੀ ਕੀ ਕਰ ਦਿੱਤਾ 3 ਨੂੰ ਐਡ ਕਰਤਾ। ਹੁਣ ਜਿਹੜੀ ਇਹਨਾਂ ਦੀ ਰੇਸ਼ੋ ਕੀ ਬਣ ਗਈ, 1/1 ਜਿਹੜੀ ਬਾਅਦ ਦੇ ਵਿੱਚ ਬਣ ਗਈ। ਠੀਕ ਹੈ, ਹੁਣ ਇਦੋਂ ਬਾਅਦ ਅਸੀਂ ਕੀ ਕਰਨਾ ਹੁੰਦਾ, ਯਾਦ ਰੱਖਿਓ ਕ੍ਰੋਸ ਮਲਟੀਪਲਾਈ। ਤਾਂ 3x+3 ਇਹਨੂੰ ਵੀ ਕੀ ਕਰਨਾ, 1 ਨਾਲ ਗੁਣਾ ਕਰਨੀ ਹੈ ਬਰਾਬਰ। 5x+3 ਇਹਨੂੰ ਵੀ ਕੀ ਕਰਨੀ ਹੈ, 1 ਨਾਲ ਗੁਣਾ। ਤਾਂ ਕੀ ਆ ਗਿਆ, 3x+3 ਬਰਾਬਰ 5x+3। ਇਸ ਤਰੀਕੇ ਨਾਲ ਅਸੀਂ ਕੀ ਕਰ ਸਕਦੇ ਹਾਂ, ਇਹਨੂੰ ਸੋਲਵ ਕਰ ਸਕਦੇ ਹਾਂ। ਪਹਿਲਾਂ ਇੰਨੀ ਚੀਜ਼ ਸਮਝ ਲਓ, ਹੌਲੀ ਹੌਲੀ ਸਮਝਾ ਰਿਹਾ ਤਾਂ ਕਿ ਸਾਰਿਆਂ ਨੂੰ ਜਿੰਨੇ ਵੀ ਮੈਂ ਟੌਪਿਕਸ ਦੇ ਜਿਹੜੇ ਕਨਸੈਪਟ ਹੈ ਕਰਾ ਰਿਹਾ ਉਹ ਤੁਹਾਨੂੰ ਕਲੀਅਰ ਹੋ ਜਾਣ। ਠੀਕ ਹੈ, ਕਿਉਂਕਿ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਜੇ ਕਲੀਅਰ ਨਹੀਂ ਨਾ ਕੁਛ ਕੋਈ ਕਨਸੈਪਟ ਸਾਡਾ, ਫਿਰ ਸਾਡੇ ਤੋਂ MCQ ਸੋਲਵ ਨਹੀਂ ਹੋਣੇ। ਹੁਣ ਕੱਲ੍ਹ ਦੀ ਕਲਾਸ ਦੇ ਵਿੱਚ ਤੁਹਾਨੂੰ MCQ ਕਰਾਊਂਗਾ, ਜਿਹੜੀ ਕੱਲ੍ਹ ਦੀ ਕਲਾਸ ਦੇ ਵਿੱਚ ਮੈਂ ਕਨਸੈਪਟ ਕਰਾਏ ਸੀ ਤੇ ਅੱਜ ਦੀ ਕਲਾਸ ਦੇ ਵਿੱਚ ਜਿਹੜੇ ਕਨਸੈਪਟ ਹੋਣਗੇ ਨਾ, ਇਹਨਾਂ ਦੋਨਾਂ ਦੇ ਰਿਲੇਟਡ ਕੱਲ ਦੀ ਕਲਾਸ ਨੰਬਰ 3 ਦੇ ਵਿੱਚ ਆਪਾਂ ਕੀ ਕਰਾਂਗੇ, MCQ ਕਰਾਂਗੇ। ਠੀਕ ਹੈ, ਬਸ ਤੁਸੀਂ ਇੱਕ ਚੀਜ਼ ਕਰਿਆ ਕਰੋ, ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਠੀਕ ਹੈ, ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਕਿ ਤੁਹਾਨੂੰ ਕਿਵੇਂ ਲੱਗਦੀ ਹੈ ਕਲਾਸਿਸ। ਠੀਕ ਹੈ, ਹੁਣ ਦੇਖੋ, ਹੁਣ ਮੰਨ ਕੇ ਚੱਲੋ ਮੈਂ ਕੋਈ ਵੀ ਕਹਿਤਾ ਕਿ ਮੇਰੇ ਕੋਲ A ਅਤੇ B ਹੈ। ਹੁਣ ਪੂਰਾ ਸਵਾਲ ਸਮਝਾ ਦਿੰਦਾ, ਮੇਰੇ ਕੋਲ 7x ਤੇ 9x ਹੈ। ਠੀਕ ਹੈ, ਹੁਣ ਮੈਂ ਕਹਿਤਾ A ਤੇ B ਦੋਵਾਂ ਦੇ ਵਿੱਚ ਮੈਂ ਕੀ ਕੀਤਾ, A ਦੇ ਵਿੱਚ ਮੈਂ 2 ਐਡ ਕਰਤਾ, B ਦੇ ਵਿੱਚ ਮੈਂ 3 ਐਡ ਕਰਤਾ, ਤਾਂ ਰੇਸ਼ੋ ਕਿੰਨੀ ਬਣ ਗਈ, 1:2। ਠੀਕ ਹੈ ਜੀ, ਤਾਂ ਮੇਰੇ ਕੋਲ ਕੀ ਦਿੱਤਾ, 7x/9x। ਠੀਕ ਹੈ, ਹੁਣ ਦੇਖੋ A ਦੇ ਵਿੱਚ ਮੈਂ 2 ਨੂੰ ਐਡ ਕੀਤਾ, B ਦੇ ਵਿੱਚ ਮੈਂ 3 ਨੂੰ ਐਡ ਕੀਤਾ। ਠੀਕ ਹੈ, ਬਰਾਬਰ ਰੇਸ਼ੋ ਕਿੰਨੀ ਬਣ ਗਈ, 1:2, ਕਿਉਂਕਿ ਉਹਨਾਂ ਨੇ ਕਿਹਾ ਕਿ ਰੇਸ਼ੋ ਬਣ ਗਈ 1:2 ਮੇਰੇ ਕੋਲੇ ਬਣ ਗਈ। ਹੁਣ ਕ੍ਰੋਸ ਮਲਟੀਪਲਾਈ ਕਰਾਂਗੇ, 7x+2 ਨੂੰ ਮੈਂ ਕੀ ਕਰੂੰਗਾ, 2 ਨਾਲ ਮਲਟੀਪਲਾਈ, ਤੇ 9x+3 ਨੂੰ ਮੈਂ ਕੀ ਕਰੂੰਗਾ, 1 ਨਾਲ। ਠੀਕ ਹੈ, 9x+3 ਨੂੰ ਕੀ ਹੈ, 1 ਨਾਲ। ਤਾਂ ਦੇਖੋ 7x ਨੂੰ 2 ਤੇ ਗੁਣਾ ਕੀਤੀ, 7 × 2 = 14x, 2 ਨੂੰ 2 ਤੇ ਕੀਤੀ 4 ਬਰਾਬਰ, 9x ਨੂੰ 1 ਤੇ ਕੀਤੀ 9x+3 ਨੂੰ 1 ਤੇ ਕੀਤੀ 3। ਤਾਂ ਹੁਣ x ਦੀ ਵੈਲਿਊ ਕੱਢੋ, 14x-9x ਇੱਧਰ ਆ ਕੇ ਮਾਈਨਸ ਦਾ ਹੋ ਗਿਆ, 3+4 ਸੀ ਇੱਧਰ ਆ ਕੇ ਮਾਈਨਸ ਦਾ 4 ਹੋ ਗਿਆ, x ਵਾਲੇ ਇੱਕ ਪਾਸੇ ਰੱਖ ਲਿਆ ਕਰੋ, ਦੂਜੇ ਇੱਕ ਪਾਸੇ। ਤਾਂ 14 ਵਿੱਚੋਂ 9 ਗਏ 5x, ਤਾਂ 3 ਵਿੱਚੋਂ 4 ਗਏ -1, ਤਾਂ x ਦੀ ਵੈਲਿਊ ਕੀ ਆ ਗਈ, -1/5। ਤਾਂ x ਦੀ ਵੈਲਿਊ ਅਸੀਂ ਕੱਢਣੀ ਹੁੰਦੀ ਹੈ, ਇਹ ਸਾਡੇ ਕੋਲ ਕੀ ਆ ਗਈ, -1/5 ਆ ਗਈ। ਜੇ a ਦੀ ਵੈਲਿਊ ਕਹਿ ਦਿੰਦਾ 7 ਨਾਲ ਗੁਣਾ ਕਰ ਦਿਓ, b ਦੀ ਕਹਿ ਦਿੰਦਾ 9 ਨਾਲ ਕਰ ਦਿਓ x ਦੀ ਗੁਣਾ, ਇਹ ਸਾਡੇ ਕੋਲ ਕੀ ਆ ਜਾਊਗਾ ਆਨਸਰ। 1-2 ਸਵਾਲ ਹੋਰ ਕਰੋ ਨਾ, ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪੂਰਾ ਕਨਸੈਪਟ ਜਿਹੜਾ ਉਹ ਕਲੀਅਰ ਹੋਵੇ। ਦੇਖੋ a ਤੇ b ਮੈਨੂੰ ਦਿੱਤਾ ਹੋਇਆ ਕੀ ਦਿੱਤਾ, 4x ਤੇ 6x। ਠੀਕ ਹੈ ਜੀ, ਹੁਣ ਉਹਨਾਂ ਨੇ ਕਿਹਾ a ਦੇ ਵਿੱਚ ਮੈਂ 2 ਨੂੰ ਪਲੱਸ ਕਰਤਾ, b ਦੇ ਵਿੱਚ ਮੈਂ 2 ਨੂੰ ਮਾਈਨਸ ਕਰਤਾ, ਤਾਂ ਰੇਸ਼ੋ ਕੀ ਬਣ ਗਈ ਮੇਰੇ ਕੋਲ, 3:4 ਬਣ ਗਈ। ਤਾਂ ਉਹ ਕਹਿੰਦੇ a ਦੀ ਵੈਲਿਊ ਪਤਾ ਕਰੋ, a ਦਾ ਮੁੱਲ ਪਤਾ ਕਰੋ। ਦੇਖੋ ਕਿਵੇਂ ਕਰਾਂਗੇ, ਬੜੇ ਧਿਆਨ ਨਾਲ ਵੇਖਿਓ। ਠੀਕ ਹੈ, a/b ਕੀ ਦਿੱਤਾ, 4x/6x, ਏ ਦੇ ਵਿੱਚ 2 ਨੂੰ ਪਲੱਸ ਕਰਤਾ, ਬੀ ਦੇ ਵਿੱਚ 2 ਨੂੰ ਮਾਈਨਸ ਕਰ ਦਿੱਤਾ ਜੀ, ਤਾਂ ਰੇਸ਼ੋ ਕੀ ਬਣ ਗਈ, 3/4। ਤਾਂ ਦੋਨਾਂ ਨੂੰ ਕ੍ਰੋਸ ਮਲਟੀਪਲਾਈ ਕੀਤਾ, 4x+2 ਇਹਨੂੰ ਕੀ ਕੀਤਾ, 4 ਨਾਲ ਗੁਣਾ। ਦੇਖੋ ਕ੍ਰੋਸ ਮਲਟੀਪਲਾਈ ਕਰਨਾ ਹੁੰਦਾ, 6x-2 ਉਹਦੇ ਸਾਹਮਣੇ ਕੀ ਪਿਆ, 3, ਕਿਉਂਕਿ ਕ੍ਰੋਸ ਕਰਨਾ, ਤਾਂ 3 ਨਾਲ ਗੁਣਾ ਕਰਦੇ। ਠੀਕ ਹੈ, ਹੁਣ 4 ਨੂੰ ਪਹਿਲੇ ਨਾਲ ਕੀਤਾ, 4 × 4 = 16x, 4 × 2 = 4 × 2 = 8, 6x³ + 3 + 6 = 18x, -2 × 3 = -6। ਤਾਂ ਦੇਖੋ ਹੁਣ ਕਿਵੇਂ ਕਰਾਂਗੇ, 8 ਹੈ ਆ, -6 ਹੈ ਇੱਧਰ ਆ ਗਿਆ, +6, 18x-16x+2 ਇੱਧਰ ਆ ਕੇ ਮਾਈਨਸ ਦਾ ਹੋ ਗਿਆ, 8 × 6 = 14 = 2x, ਤਾਂ x ਦੀ ਵੈਲਿਊ ਕੀ ਆ ਗਈ, 14/2, ਤਾਂ x ਦੀ ਵੈਲਿਊ ਕੀ ਆ ਗਈ, 7।
ਉਹਨਾਂ ਨੇ ਸਾਨੂੰ ਕਿਹਾ ਸੀ a ਦਾ ਮੁੱਲ ਪਤਾ ਕਰੋ, ਤਾਂ a ਕਿੰਨਾ ਸੀ 4x, ਤਾਂ 4 ਗੁਣਾ 7 ਤਾਂ ਕੀ ਆ ਗਿਆ 28, ਤਾਂ a ਦਾ ਮੁੱਲ ਕਿੰਨਾ ਆ ਗਿਆ ਮੇਰੇ ਕੋਲ 28। ਜੇ b ਕਹਿ ਦਿੰਦੇ ਤਾਂ 6 ਨੂੰ 7 ਤੇ 7 6 42 ਬਣ ਜਾਂਦਾ, ਠੀਕ ਹੈ ਜੀ। ਤਾਂ ਇਹ ਜਿਹੜਾ ਮੋਸਟ ਇੰਪੋਰਟੈਂਟ ਟਰਮ ਹੈ ਜਿਹੜੀ ਤੁਹਾਡੇ ਪੰਜਾਬ ਦੇ ਪੇਪਰਾਂ ਦੇ ਵਿੱਚ ਕਈ ਵਾਰ ਪੁੱਛੀ ਜਾਂਦੀ ਹੈ, ਠੀਕ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟਰਮ ਹੈ ਜਿਹੜੀ ਤੁਹਾਡੇ ਪੇਪਰ ਦੇ ਵਿੱਚ ਕਈ ਵਾਰ ਇਹਨਾਂ ਨੂੰ ਪੁੱਛਿਆ ਜਾਂਦਾ, ਠੀਕ ਹੈ। ਹੁਣ ਇਸ ਕਨਸੈਪਟ ਦੇ ਬੇਸ ਤੇ ਮੈਂ 2 ਜਾਂ 3 ਸਵਾਲ ਤੁਹਾਨੂੰ ਦਿੰਦਾ, ਤੁਸੀਂ ਉਹ ਮੈਨੂੰ ਕਮੈਂਟ ਦੇ ਵਿੱਚ ਉਹਨਾਂ ਦੇ ਆਂਸਰ ਦੱਸਣੇ ਆ, ਠੀਕ ਹੈ। 2 ਸਵਾਲ ਦੇ ਦਿੰਦਾ ਤੁਹਾਨੂੰ, ਫਿਰ ਅਗਲਾ ਕਨਸੈਪਟ ਕਰਾਉਣਾ। ਫਸਟ ਸਮ ਕੀ ਹੈ ਕਿ a ਤੇ b ਦੀ ਰੇਸ਼ੋ ਜਿਹੜੀ ਮੈਨੂੰ ਦਿੱਤੀ ਗਈ ਹੈ ਉਹ ਦਿੱਤੀ ਗਈ ਹੈ 7x ਤੇ 12x, ਠੀਕ ਹੈ। ਉਹ ਕਹਿੰਦੇ a ਦੇ ਵਿੱਚ ਮੈਂ ਕੀ ਕੀਤਾ, 5 ਪਲੱਸ ਕਰ ਦਿੱਤਾ, ਤੇ b ਦੇ ਵਿੱਚ ਮੈਂ ਕੀ ਕੀਤਾ, 3 ਮਾਈਨਸ ਕਰ ਦਿੱਤਾ, ਤੇ ਬਾਅਦ ਦੇ ਵਿੱਚ ਜਿਹੜਾ a ਤੇ b ਹੈ ਮੇਰੇ ਕੋਲੇ ਕੀ ਬਣ ਗਿਆ, 1:2 ਬਣ ਗਿਆ। ਤਾਂ ਉਹਨਾਂ ਨੇ ਕਿਹਾ ਕਿ b ਪਤਾ ਕਰੋ, ਠੀਕ ਹੈ, ਕੀ ਪਤਾ ਕਰੋ, b ਪਤਾ ਕਰੋ, ਕਲੀਅਰ ਹੈ ਜੀ। ਨੈਕਸਟ ਸੈਕਿੰਡ ਸਮ ਮੈਂ ਤੁਹਾਨੂੰ ਦਿੰਦਾ, a:b ਹੈ ਜਿਹੜਾ ਮੇਰੇ ਕੋਲੇ ਉਹ ਦਿੱਤਾ 2:4, b ਤੇ c ਹੈ ਮੇਰੇ ਕੋਲ 3:5, ਤੇ ਨਾਲ ਹੀ ਕੀ ਪਤਾ ਕਰਨਾ, a:b:c। ਇਹ ਵਾਲਾ ਸਵਾਲ ਪਿਛਲੇ ਲੈਕਚਰ ਵਿੱਚੋਂ ਮੈਂ ਦਿੱਤਾ, ਇਹ ਵਾਲਾ ਅੱਜ ਵਾਲੇ ਚ ਦਿੱਤਾ, ਠੀਕ ਹੈ। ਆ ਸਾਰੀਆਂ ਟਰਮਸ ਦਾ ਸਕਰੀਨਸ਼ਾਟ ਲੈ ਲਓ ਔਰ ਇਹਨਾਂ ਨੂੰ ਕੀ ਕਰਨਾ, ਮੈਨੂੰ ਕਮੈਂਟ ਦੇ ਵਿੱਚ ਮੈਨੂੰ ਇਹਨਾਂ ਦੋਵਾਂ ਕੁਐਸਚਨਸ ਦੇ ਆਨਸਰ ਹੈ ਜਿਹੜੇ ਤੁਸੀਂ ਦੇਣੇ ਹੀ ਦੇਣੇ ਹੈ, ਠੀਕ ਹੈ ਜੀ। ਫਿਰ ਹੁਣ ਨੈਕਸਟ ਕਨਸੈਪਟ ਤੁਹਾਨੂੰ ਕਰਾਉਣਾ, ਤੁਸੀਂ ਉਹਨਾਂ ਦੇ ਇਹ ਨੋਟ ਡਾਊਨ ਕਰ ਲਓ ਜਾਂ ਫਿਰ ਤੁਸੀਂ ਇਹਦਾ ਸਕਰੀਨਸ਼ਾਟ ਖਿੱਚ ਲਓ। ਆਪਣੇ ਫਰੈਂਡਸ ਦੇ ਨਾਲ ਦੇਖੋ, ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਲਾਸ ਨੂੰ, ਤਾਂ ਕਿ ਜਿਹੜੀ ਆਪਾਂ ਮਿਹਨਤ ਕਰਦੇ ਹਾਂ ਉਹ ਸਫਲ ਹੋਵੇ ਔਰ ਤੁਸੀਂ ਵੀ ਪੜ੍ਹ ਸਕੋ, ਠੀਕ ਹੈ। ਜੇ ਕੋਈ ਕਮੀ ਪੇਸ਼ੀ ਲੱਗੇ ਕਲਾਸ ਦੇ ਵਿੱਚ ਤਾਂ ਮੈਨੂੰ ਦੱਸ ਦਿਆ ਕਰੋ ਕਿ ਸਰ ਆਹ ਵਾਲੀ ਕਮੀ ਹੈ ਤੁਹਾਡੀ ਕਲਾਸ ਦੇ ਵਿੱਚ, ਠੀਕ ਹੈ ਜੀ। ਚਲੋ ਨੈਕਸਟ ਕਨਸੈਪਟ ਕੀ ਕਰਾਂਗੇ, ਇੱਧਰ ਦੇਖੋ। ਹੁਣ ਨੈਕਸਟ ਕਨਸੈਪਟ ਕੀ ਕਹਿੰਦਾ ਆਪਾਂ ਨੂੰ ਦੇਖੋ ਜੀ, ਨੈਕਸਟ ਕਨਸੈਪਟ ਆਪਾਂ ਨੂੰ ਕੀ ਕਹਿੰਦਾ ਦੇਖੋ। ਕਈ ਵਾਰੀ ਨਾ ਸਾਨੂੰ ਸਵਾਲ ਦਿੱਤਾ ਹੁੰਦਾ, ਪਤਾ ਕਿਵੇਂ ਦਿੱਤਾ ਹੁੰਦਾ, ਇੱਧਰ ਦੇਖੋ। ਕਈ ਵਾਰੀ ਸਾਨੂੰ ਸਵਾਲ ਐਵੇਂ ਦਿੱਤਾ ਹੁੰਦਾ, 2a+3b, ਨੀਚੇ ਦਿੱਤਾ ਹੁੰਦਾ 3a-4b, ਇਹਦੀ ਵੈਲਿਊ ਪਤਾ ਕਰੋ, ਤੇ ਨਾਲ ਹੀ ਉਹ ਸਾਨੂੰ ਕਹਿ ਦਿੰਦੇ ਆ ਰੇਸ਼ੋ a ਤੇ b ਕਿੰਨੀ ਦਿੱਤੀ ਹੈ ਸਾਨੂੰ, 2x, ਕੱਲਾ 2 ਤੇ 3 ਕਹਿ ਦਿੰਦੇ ਆ, ਕੀ ਕਹਿ ਦਿੰਦੇ ਆ, 2 ਤੇ 3, ਠੀਕ ਹੈ। ਔਰ ਨਾਲ ਸਾਨੂੰ ਕਹਿ ਦੇਣਗੇ ਇਹਦੀ ਵੈਲਿਊ ਹੈ ਜਿਹੜੀ, ਸਾਨੂੰ ਦੱਸੋ ਕੀ ਵੈਲਿਊ ਆਏਗੀ ਇਹਦੀ, ਠੀਕ ਹੈ ਜੀ, ਇਹਦੀ ਵੈਲਿਊ ਦੱਸੋ ਕਹਿਣਗੇ ਸਾਨੂੰ। ਤਾਂ ਜਦੋਂ ਵੀ ਸਾਨੂੰ ਐਵੇਂ ਦਾ ਕੁਐਸਚਨ ਆ ਜਾਏ ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਸਿੰਪਲ a ਤੇ b ਨੂੰ ਕੀ ਕਰਨਾ, ਦੇਖੋ a ਤੇ b ਨੂੰ ਕੀ ਕਰਨਾ, ਸਭ ਤੋਂ ਪਹਿਲਾਂ 2x ਤੇ 3x ਲਿਖ ਲੈਣਾ, ਰੇਸ਼ੋ ਨੂੰ ਇਕੱਲਾ ਨਾ ਛੱਡਿਆ ਕਰੋ, ਠੀਕ ਹੈ। ਹੁਣ a ਦੀ ਥਾਂ ਤੇ ਕੀ ਪੁੱਟ ਕਰ ਦੇਣਾ, 2x ਪਲੱਸ b ਦੀ ਥਾਂ ਤੇ ਕੀ ਪੁੱਟ ਕਰ ਦੇਣਾ, 3x, ਨੀਚੇ ਵੀ 3, a ਦੀ ਥਾਂ ਤੇ ਕੀ ਪੁੱਟ ਕਰ ਦੇਣਾ, 2x, 4, b ਦੀ ਥਾਂ ਤੇ 3x, ਠੀਕ ਹੈ ਜੀ। ਤਾਂ ਇੱਥੇ ਕੀ ਆ ਗਿਆ, 2 ਨੂੰ 2 ਤੇ ਕੀਤਾ 4x, ਪਲੱਸ 3 ਨੂੰ 3 ਤੇ ਕੀਤਾ 9x, ਨੀਚੇ ਕੀ ਆ ਗਿਆ ਮੇਰੇ ਕੋਲ, 3 ਦੂਣੀ 6x, -4 3 12x। ਤਾਂ ਉੱਪਰ 9 ਤੇ 4 ਕੀ ਆ ਗਿਆ, 13x, ਨੀਚੇ 6 ਵਿੱਚੋਂ 12 ਗਏ -6x, x ਨਾਲ x ਕੱਟੀ ਗਈ, -13/6 ਕੀ ਆ ਗਿਆ ਮੇਰੇ ਕੋਲ ਆਨਸਰ ਆ ਗਿਆ। ਬਸ ਸਿੰਪਲ ਤੁਸੀਂ ਵੈਲਿਊ ਨੂੰ ਵਿੱਚ ਪੁੱਟ ਕਰਨਾ, ਹੋਰ ਕੁਛ ਨਹੀਂ ਕਰਨਾ। ਦੇਖੋ ਇਹ ਸਵਾਲ ਆਇਆ ਸੀ ਇੱਕ ਵਾਰੀ ਪੇਪਰ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ, ਦੇਖੋ ਕਿਵੇਂ ਕੀਤਾ ਹੈ। a ਤੇ b ਮੇਰੇ ਕੋਲੇ ਕੀ ਦਿੱਤਾ ਗਿਆ, 3 ਤੇ 5 ਦਿੱਤਾ ਗਿਆ, ਤੇ ਨਾਲ ਹੀ ਉਹਨਾਂ ਨੇ ਕਿਹਾ ਸੀ 4a+b2, ਨੀਚੇ ਕੀ ਦਿੱਤਾ ਗਿਆ ਸਾਨੂੰ, 5। ਉਹ ਕਹਿੰਦੇ ਸੀ ਇਹਦੀ ਵੈਲਿਊ ਪਤਾ ਕਰੋ,
ਤਾਂ ਦੇਖੋ ਕਿਵੇਂ ਕਰਾਂਗੇ। ਇਹਦੇ ਵਿੱਚ ਇੱਕ ਨਵੀਂ ਤਰੀਕੇ ਦਾ ਕੁਐਸਚਨ ਵੀ ਆਉਂਦਾ, ਉਹ ਵੀ ਦੱਸਦੇ। ਹੁਣ ਸਭ ਤੋਂ ਪਹਿਲਾਂ ਦੇਖੋ, ਏ ਤੇ ਬੀ ਹੈ ਮੇਰੇ ਕੋਲੇ, ਏ ਤੇ ਬੀ ਹੈ ਨਾ, ਇਹ ਕੀ ਹੋ ਗਿਆ 3x ਤੇ 5x, ਇਹਦੇ ਵਿੱਚ ਪੁੱਟ ਕਰਤਾ 4। ਏ ਦੀ ਥਾਂ ਤੇ ਮੈਂ 3x ਰੱਖਤਾ, ਬੀ ਦੀ ਥਾਂ ਤੇ 5x ਦੀ ਪਾਵਰ 2 ਰੱਖਤਾ, ਨੀਚੇ ਕੀ ਆ ਗਿਆ ਮੇਰੇ ਕੋਲੇ 5। ਇੱਥੇ ਵੀ ਏ ਦੀ ਪਾਵਰ ਸਕੇਅਰ ਹੀ ਹੈ। ਹੁਣ ਦੇਖੋ 4, 3x ਦੀ ਪਾਵਰ 2 ਹੈ ਨਾ, ਮਤਲਬ 3 ਨੂੰ ਵੀ 2 ਵਾਰੀ ਲਿਖਣਾ ਤੇ x ਨੂੰ ਵੀ 2 ਵਾਰੀ। ਤਾਂ ਦੇਖੋ 3x ਦੀ ਪਾਵਰ 2 ਹੈ ਤਾਂ 3x ਨੂੰ ਕਿੰਨੀ ਵਾਰੀ ਲਿਖਣਾ? 2 ਵਾਰੀ। ਕਿਸੇ ਨੇ 3 ਨੂੰ 2 ਨਾਲ ਗੁਣਾ ਨਹੀਂ ਕਰਨੀ, ਗਲਤੀ ਨਹੀਂ ਕਰਨੀ, ਠੀਕ ਹੈ। 3 3 9, ਇੱਥੇ ਆ ਗਿਆ 9। x ਨੂੰ x ਤੇ ਗੁਣਾ ਕੀਤੀ x ਦੀ ਪਾਵਰ 2, ਪਲੱਸ 5 ਨੂੰ 5 ਦੇ ਕੀਤਾ 25, ਨਾਲ x ਸਕੁਅਰ, ਨੀਚੇ ਕੀ ਹੈ ਮੇਰੇ ਕੋਲੇ 5। ਹੁਣ ਇੱਥੇ ਮੇਰੇ ਕੋਲੇ ਕੀ ਦਿੱਤਾ ਸੀ? 9 ਨੂੰ 4 ਤੇ ਮੈਂ ਕੀ ਕਰਨੀ ਹੈ? ਗੁਣਾ, 9 ਚੌਕਾ 36, ਤੇ ਇੱਥੇ ਕੀ ਆ ਗਿਆ? 36x ਸਕੁਅਰ ਪਲੱਸ 25x ਸਕੁਅਰ ਬਟਾ 5। ਤਾਂ 6 5 11, 3 2 5 ਤੇ 61, 61x ਸਕੁਅਰ ਬਟਾ 5, ਆਹ ਮੇਰੇ ਕੋਲੇ ਕੀ ਆ ਗਿਆ? ਆਨਸਰ ਆ ਗਿਆ, ਠੀਕ ਹੈ। ਸਿੰਪਲ ਜਿਵੇਂ ਜਿਵੇਂ ਕਿਹਾ, ਇਹ ਥੋੜ੍ਹਾ ਜਿਹਾ ਇਹੋ ਜਿਹੇ ਸਵਾਲ ਨਾ ਟ੍ਰਿਕੀ ਬਣ ਜਾਂਦੇ ਬੱਚਿਆਂ ਲਈ, ਕਿਉਂਕਿ ਕੈਲਕੂਲੇਸ਼ਨ ਧਿਆਨ ਨਾਲ ਵੇਖ ਲਓ ਇਹਦੀ। ਪਹਿਲਾਂ ਇਹ ਸਕੇਅਰ ਨੂੰ ਸੋਲਵ ਕੀਤਾ, ਫਿਰ 4 ਨਾਲ ਆਪਾਂ ਗੁਣਾ ਕੀਤੀ ਹੈ, ਠੀਕ ਹੈ। ਹੁਣ ਇੱਕ ਸਵਾਲ ਹੋਰ ਆਇਆ ਸੀ ਐਵੇਂ ਦਾ, ਦੇਖੋ ਉਹਨਾਂ ਨੇ ਕੀ ਕੀਤਾ, ਏ ਤੇ ਬੀ ਮੈਨੂੰ ਕੀ ਦੇਤਾ? 3 ਤੇ 5 ਮੰਨ ਕੇ ਚੱਲੋ, ਆਪਣੇ ਕੋਲੋਂ ਮੈਂ ਸਟੇਟਮੈਂਟ ਦੇ ਰਿਹਾ, ਬੀ ਦੇ ਸੀ ਮੇਰੇ ਕੋਲ ਦੇਤਾ 2 ਤੇ 3। ਹੁਣ ਉਹਨਾਂ ਨੇ ਕਹਿਤਾ ਕਿ ਮੇਰੀ ਇਹਦੇ ਵਿੱਚ ਵੈਲਿਊ ਪੁੱਟ ਕਰੋ, 3c ਪਲੱਸ 4b ਮਾਈਨਸ 5a, ਇਹਦੀ ਵੈਲਿਊ ਸੋਲਵ ਕਰੋ। ਹੁਣ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ, ਸਰ b ਦੀ ਵੈਲਿਊ ਇੱਥੇ 5 ਹੈ, ਇੱਥੇ 2 ਹੈ, ਅਸੀਂ ਇੱਥੇ 5 ਰੱਖੀਏ ਕਿ 2? ਨਹੀਂ, ਪਹਿਲਾਂ ਜਿਵੇਂ ਲਾਸਟ ਕਲਾਸ ਦੇ ਵਿੱਚ ਤੁਹਾਨੂੰ ਮੈਂ ਸਮਝਾਇਆ ਸੀ ਨਾ, ਪਹਿਲਾਂ ਇਕੱਠੇ ਕਰੀਦਾ ਹੁੰਦਾ। ਤਾਂ ਏ ਬੀ ਸੀ ਨੂੰ ਇਕੱਠਾ ਕਰ ਲਓ, 3 ਤੇ 5, ਨਾਲ ਕੀ ਆ ਗਿਆ? 2 ਤੇ 3। ਪਹਿਲਾਂ ਇਹ ਪੂਰੇ ਨੂੰ ਇਕੱਠਾ ਕਰ ਲਓ ਤਾਂ ਕਿ ਅਸੀਂ ਇਹਨੂੰ ਸੋਲਵ ਕਰ ਸਕੀਏ, ਠੀਕ ਹੈ। ਹੁਣ ਇਹਨੂੰ ਪਹਿਲਾਂ ਸੋਲਵ ਕਰੀਏ, 5 ਦੇ ਨਾਲ ਕੀ ਲਿਖਤਾ? 5, 2 ਦੇ ਨਾਲ ਕੀ ਲਿਖਦਾ? 2, ਤਾਂ 3 ਦੂਣੀ ਕੀ ਆ ਗਿਆ? 6, 5 ਦੂਣੀ 10, 5 3 15। ਹੁਣ ਵੈਲਿਊ ਪੁੱਟ ਕਰ ਦਿਓ, ਦੇਖੋ 3 ਸੀ ਦੀ ਵੈਲਿਊ ਕਿੰਨੀ ਹੈ? 15, ਪਲੱਸ 4 ਬੀ ਦੀ ਵੈਲਿਊ ਕਿੰਨੀ ਹੈ ਮੇਰੇ ਕੋਲੇ? 10, ਮਾਈਨਸ 5 ਏ ਦੀ ਵੈਲਿਊ 6। ਭਾਵੇਂ ਐਕਸ ਲਗਾ ਲਓ ਇਹਦੇ ਨਾਲ, ਭਾਵੇਂ ਸਿੱਧੀ ਵੈਲਿਊ ਪੁੱਟ ਕਰ ਲਓ, ਠੀਕ ਹੈ, ਕਿਉਂਕਿ ਜੇ ਤਾਂ ਆਪਸ਼ਨ ਦੇ ਵਿੱਚ ਐਕਸ ਲੱਗਿਆ ਤਾਂ ਐਕਸ ਲਗਾ ਲਓ, ਜੇ ਵਾਈ ਲੱਗਿਆ ਤਾਂ ਵਾਈ ਲਗਾ ਲਓ। ਤਾਂ 5 3 15 45, ਭਾਵੇਂ ਐਕਸ ਲਗਾ ਲਓ ਨਾਲ, ਸਾਰੀ ਮਤਲਬ ਰੇਸ਼ੋ ਦੇ ਨਾਲ ਐਕਸ ਲਗਾ ਲਓ। ਜੇ ਨਹੀਂ ਕੁਛ ਲੱਗਿਆ ਸਿੰਪਲ ਕਰ ਦਿਓ, 10 4 40x ਮਾਈਨਸ 6 5 30x, 45 ਤੇ 40 ਕਿੰਨੇ ਹੁੰਦੇ ਆ? 85x ਮਾਈਨਸ 30x, ਤਾਂ ਕਿੰਨਾ ਆ ਗਿਆ ਮੇਰੇ ਕੋਲੇ? 55x। ਇਹਦਾ ਕੀ ਆ ਗਿਆ ਮੇਰੇ ਕੋਲੇ? ਆਨਸਰ ਆ ਗਿਆ, ਕਲੀਅਰ ਹੈ। ਭਾਵੇਂ ਇਕੱਲਾ 55 ਆਪਸ਼ਨ ਦੇਖ ਲਓ, 55x ਆ ਗਿਆ, 55y ਹੈ, ਜੋ ਵੀ ਹੈ, ਠੀਕ ਹੈ, ਸਮਝ ਆਇਆ। ਇਹ ਬੜੇ ਇੰਪੋਰਟੈਂਟ ਸਮ ਹੁੰਦੇ ਨੇ ਐਵੇਂ ਦੇ, ਇਹ ਬੜਾ ਵਧੀਆ ਕਨਸੈਪਟ ਹੈ। ਹੁਣ ਇਸ ਕਨਸੈਪਟ ਰਿਲੇਟਡ ਮੈਂ ਹੋਮਵਰਕ ਦਿੰਦਾ, ਠੀਕ ਹੈ, ਮੈਨੂੰ ਕਰਕੇ ਦੱਸਿਓ ਇਸ ਕਨਸੈਪਟ ਦੇ ਰਿਲੇਟਡ। ਸਕਰੀਨਸ਼ਾਟ ਖਿੱਚ ਲਓ ਇਹਦਾ, ਆ ਦੋਨਾਂ ਦਾ ਸਕਰੀਨਸ਼ਾਟ ਖਿੱਚ ਲਓ, ਤਾਂ ਕਿ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਇਹਨਾਂ ਦੇ ਆਨਸਰ ਦੇ ਸਕੋ, ਕਮੈਂਟ ਦੇ ਵਿੱਚ ਇਹਨਾਂ ਦੇ ਆਨਸਰ ਦੇਣੇ, ਠੀਕ ਹੈ, ਮੈਨੂੰ ਕਮੈਂਟ ਦੇ ਵਿੱਚ ਇਹਨਾਂ ਦੇ ਆਨਸਰ ਦੇਣੇ, ਠੀਕ। ਇੱਕ ਮਿੰਟ ਹੈ, ਸਕਰੀਨਸ਼ਾਟ ਖਿੱਚ ਲਓ ਜਾਂ ਲਿਖ ਲਓ, ਨੋਟ ਡਾਊਨ ਕਰ ਲਓ। ਚਲੋ
ਹੁਣ ਨੈਕਸਟ ਦੇਖੋ, ਦੇਖੋ ਨੈਕਸਟ ਕਿਵੇਂ ਕਰਾਂਗੇ। ਹੁਣ ਕਈ ਵਾਰੀ ਸਾਨੂੰ ਕੀ ਦੇ ਦਿੱਤਾ ਜਾਂਦਾ ਹੈ, ਐਵੇਂ ਕਰਕੇ ਵੀ ਦੇ ਦਿੱਤਾ ਜਾਂਦਾ। ਦੇਖੋ ਏ ਰੇਸ਼ੋ ਸੀ ਦੇਤਾ, ਮੰਨ ਕੇ ਚਲੋ ਸਾਨੂੰ 2:5 ਦੇਤਾ, ਠੀਕ ਹੈ। ਹੁਣ ਨਾਲ ਹੀ ਇਹਨੇ ਸਾਨੂੰ ਕੀ ਦੇਤਾ, ਨਾਲ ਇਹਨੇ ਸਾਨੂੰ ਬੀ ਰੇਸ਼ੋ ਸੀ ਦੇਤਾ, 3:4 ਦੇਤਾ, ਠੀਕ ਹੈ। ਹੁਣ ਉਹਨਾਂ ਨੇ ਸਾਨੂੰ ਕਹਿਤਾ ਏ ਬੀ ਸੀ ਕੱਢੋ। ਹੁਣ ਤੁਸੀਂ ਇੱਥੇ ਉਲਝਣਾ ਨਹੀਂ ਗਾ, ਤੁਸੀਂ ਇਹ ਨਹੀਂ ਕਹਿਣਾ ਸਰ ਇੱਥੇ ਏ ਬੀ ਸੀ ਹੈ, ਇੱਥੇ ਮੈਂ ਕਿਵੇਂ ਲਿਖਾਂ ਏ ਤੇ ਸੀ ਬੀ ਤੇ ਸੀ, ਉਲਝਣਾ ਨਹੀਂ ਬਿਲਕੁਲ ਵੀ। ਐਵੇਂ ਨਹੀਂ ਹੈ ਕਿ ਤੁਸੀਂ ਉਲਝ ਜਾਓ ਤੇ ਸਾਰਾ ਸਵਾਲ ਗਲਤ ਕਰਕੇ ਆ ਜਾਓ। ਹੁਣ ਦੇਖੋ ਇਹਨੂੰ ਕਿਵੇਂ ਸੋਲਵ ਕਰਾਂਗੇ। ਇੱਥੇ ਕਈ ਬੱਚੇ ਉਲਝ ਜਾਣਗੇ, ਸਰ ਅਸੀਂ ਏ ਬੀ ਸੀ ਕਿਵੇਂ ਕੱਢੀਏ। ਹੁਣ ਦੇਖੋ ਸਾਡੇ ਕੋਲੇ ਸੀ ਕੀ ਹੈ ਜੀ, ਇੱਧਰ ਦੇਖੋ, ਹੁਣ ਸਾਡੇ ਕੋਲੇ ਸੀ ਇੱਥੇ ਹੈ ਤੇ ਇੱਥੇ ਵੀ ਸਾਡੇ ਕੋਲੇ ਸੀ ਹੈ, ਠੀਕ ਹੈ। ਹੁਣ ਦੇਖੋ ਕੀ ਕਰਨਾ ਹੁੰਦਾ, ਉੱਥੇ ਸਾਡੇ ਕੋਲੇ ਹੁੰਦਾ ਸੀ ਏ ਬੀ ਤੇ ਬੀ ਸੀ, ਸਾਡੇ ਕੋਲੇ ਬੀ ਕੋਮਨ ਹੁੰਦਾ ਸੀ, ਇੱਥੇ ਸਾਡੇ ਕੋਲੇ ਸੀ ਕੋਮਨ ਹੈ, ਤੇ ਜਿਹੜੀ ਚੀਜ਼ ਕੋਮਨ ਹੈ ਉਹਨੂੰ ਵਿਚਾਲੇ ਕਰ ਲਿਆ ਕਰੋ, ਠੀਕ ਹੈ। ਹੁਣ ਜਿਹੜੀ ਸੀ ਕੋਮਨ ਹੈ ਤਾਂ ਸੀ ਨੂੰ ਵਿਚਾਲੇ ਕਰ ਲਓ। ਕਿਵੇਂ, ਇੱਥੇ ਮੇਰੇ ਕੋਲੇ ਕੀ ਦਿੱਤਾ ਹੋਇਆ, ਏ ਤੇ ਸੀ ਦਿੱਤਾ ਤੇ ਨਾਲ ਕੋਮਨ ਸੀ ਹੈ, ਤੇ ਇੱਥੇ ਕੀ ਲਿਖ ਲਓ, ਸੀ ਤੇ ਬੀ ਲਿਖ ਲਓ, ਠੀਕ ਹੈ। ਤਾਂ ਇੱਥੇ 2 ਤੇ 5 ਆ ਗਿਆ, ਸੀ ਤੇ ਬੀ ਕੀ ਹੈ, 4 ਤੇ 3। ਜਿਹੜੀ ਚੀਜ਼ ਕੋਮਨ ਹੋਵੇ ਉਹਨੂੰ ਵਿਚਾਲੇ ਲਿਖ ਲਿਆ ਕਰੋ। ਹੁਣ ਕਾਹਦੀ ਵੈਲਿਊ ਹੈ, ਏ ਸੀ ਤੇ ਬੀ, ਉੱਪਰ ਲਿਖ ਲਓ ਏ ਸੀ ਤੇ ਬੀ, ਥੱਲੇ ਕੀ ਲਿਖ ਲਓ, 2 ਤੇ 5, ਸੀ ਤੇ ਬੀ, 4 ਤੇ 3, ਤੇ ਇੱਥੇ 5 ਨਾਲ 4। ਤਾਂ ਇਸ ਚੀਜ਼ ਚ ਨੀ ਕਿਸੇ ਨੇ ਉਲਝਣਾ ਕਿ ਸਰ ਜੀ ਅਸੀਂ ਇਹਨੂੰ ਸੋਲਵ ਕਿਵੇਂ ਕਰੀਏ। ਤਾਂ ਜਿਹੜੀ ਚੀਜ਼ ਵੀ ਕੋਮਨ ਦਿੱਤੀ ਹੁੰਦੀ ਉਹਨੂੰ ਵਿਚਾਲੇ ਕਰ ਲਿਆ ਕਰੋ, ਤਾਂ ਕਿ ਤੁਸੀਂ ਸੋਲਵ ਕਰ ਲਓ। ਹੁਣ ਏ ਬੀ ਸੀ ਦੀ ਵੈਲਿਊ ਏ ਕਿੰਨਾ 8 ਆਇਆ, ਬੀ ਕਿੰਨਾ 15 ਆਇਆ, ਸੀ ਕਿੰਨਾ 20 ਆਇਆ, ਤਾਂ ਇਹ ਤੁਹਾਡਾ ਕੀ ਆ ਗਿਆ, ਆਨਸਰ ਆ ਗਿਆ। ਕਈ ਵਾਰੀ ਸਾਨੂੰ ਉਲਟ ਪੁਲਟ ਕਰਕੇ ਵੀ ਰੇਸ਼ੋ ਦੇ ਦਿੰਦੇ ਆ, ਰੇਸ਼ੋ ਸਾਨੂੰ ਨਾ ਉਲਟ ਪੁਲਟ ਕਰਕੇ ਵੀ ਦੇ ਦਿੰਦੇ, ਪਜ਼ਲ ਕਰਕੇ, ਠੀਕ ਹੈ। ਤੁਸੀਂ ਪਜ਼ਲ ਨਹੀਂ ਹੋਣਾ, ਲੇਕਿਨ ਇਹ ਵਾਲਾ ਕਨਸੈਪਟ ਅੱਗੋਂ ਤੁਹਾਨੂੰ ਕਰਾਊਂਗਾ, ਕੱਲ ਦੀ ਵੀਡੀਓ 'ਚ ਕਰਾਊਂਗਾ, ਠੀਕ ਹੈ, ਕਿਉਂਕਿ ਫਿਰ ਉਲਝ ਜਾਊਂਗਾ ਜ਼ਿਆਦਾ। ਤਾਂ ਲਾਈਕ ਸ਼ੇਅਰ ਦੇਖੋ ਜ਼ਰੂਰ ਕਰ ਦਿਓ, ਠੀਕ ਹੈ, ਸਾਰੇ ਜਣੇ ਨਾ ਲਾਈਕ ਕਰ ਦਿਓ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਕੁਐਸਚਨਸ ਦੇ ਆਨਸਰ, ਔਰ ਮੈਂ ਚੈੱਕ ਕਰ ਲਾਂਗਾ ਕਿ ਕਿੰਨੇ ਬੱਚੇ ਜਿਹੜੇ ਕਮੈਂਟ ਕਰਦੇ ਨੇ, ਠੀਕ ਹੈ। ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ।